ਅਤੇ ਤੁਹਾਨੂੰ ਇਹ ਪਤਾ ਗਾ ਤੁਹਾਡਾ ਜੋ ਗੀਤ ਆ ਮੁੰਡਾ ਲੈਣ ਮੈਣ ਲੱਗਿਆ ਇਹਦੀਆਂ ਗੀਤ ਪੁਰਾਣਾ ਹੋਣ ਦੇ ਬਾਵਜੂਦ ਵੀ 15,000 ਪਲੱਸ ਰੀਲਾਂ ਪੈ ਚੁੱਕੀਆਂ ਨੇ ਜੇ ਉਦੋਂ ਰਾਤ ਨੂੰ ਸਾਗ ਕਰਾਂ ਵਾਂ ਇਹ ਤਾਂ ਭਾਬੀ ਕੇ ਤੇਰੀ ਮਰਜ਼ੀ ਕਿੰਨਾ ਨਗਦੀ ਪੈ ਕੈਸ਼ ਦਵਾਵਾਂ ਕੁੜੀ ਭਲਾ ਦੱਸ ਕੀ ਕੁਝ ਕਰਦੀ ਕਹਿੰਦੀ ਵਿਹਲਾ ਬਹਿ ਕੇ ਐਸ਼ ਕਰੀ ਲੋਹੜੇ ਦੇ ਨੋਟ ਕਮਾਉਂਦੀ ਹੈ ਨਾ ਟੀਚਰ ਹੈ ਸਰਕਾਰੀ ਨਾ ਟਿਊਸ਼ਨ ਘਰ ਪੜ੍ਹਾਉਂਦੀ ਹੈ ਅਤੇ ਮੈਂ ਇੱਕ ਗੱਲ ਹੋਰ ਸੁਣਦਾ ਗਾ ਕਲਾਕਾਰਾਂ ਨੂੰ ਅਵਾਰਡ ਮਿਲਦੇ ਆ ਵੱਡੇ ਵੱਡੇ ਜਿਵੇਂ ਤੁਹਾਡੇ ਗੀਤ ਮੀਲ ਪੱਥਰ ਦੀ ਤਰ੍ਹਾਂ ਹਿੱਟ ਹੋਏ ਹੈਗੇ ਤੁਹਾਨੂੰ ਕੋਈ ਅਵਾਰਡ ਮਿਲਿਆ ਹੋਵੇ ਕੋਈ ਨਹੀਂ ਨਹੀਂ ਬਲਕਾਰ ਨੂੰ ਮੈਂ ਘਰ ਆ ਗਿਆ ਬਲਕਾਰ ਮੇਰੇ ਕੋਲ ਉੱਥੇ ਉਹ ਕਹਿੰਦਾ ਮੈਨੂੰ ਅੰਕਲ ਜੀ ਗੀਤ ਦਿਓ ਕੋਈ ਮੈਂ ਚੱਕ ਕੇ ਦੇਤਾ ਮੈਨੂੰ ਤਾਂ ਐਸੇ ਵੀ ਬਲਕਾਰ ਨਹੀਂ ਗਾਉਣਾ ਹੀ ਨਹੀਂ ਇਹ ਅਤੇ ਨਾ ਹੀ ਮੈਨੂੰ ਇੰਨੇ ਚਾਂਸ ਸੀਗੇ ਇਹਦੇ ਵੀ ਗੀਤ ਇੰਨਾ ਚੱਲ ਜੂ ਉਦੋਂ ਬਾਅਦ ਜਦੋਂ ਦੇਖਿਆ ਬਲਕਾਰ ਨੇ ਦੋ ਤਿੰਨ ਸਟੇਜਾਂ 'ਤੇ ਗਾਇਆ ਲੋਕਾਂ ਨੇ ਵਾਰੀ ਵਾਰੀ ਫਰਮਾਇਸ਼ ਕੀਤੀ ਤਿੰਨ ਚਾਰ ਵਾਰੀ ਲਵਾਇਆ ਕਰਨ ਸਟੇਜ 'ਤੇ ਉਤੋਂ ਇਹ ਗੀਤ ਉਦੋਂ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਗੀਤ ਚੱਲਣ ਵਾਲਾ ਉਹਨੇ ਚੱਕ ਕੇ ਇੱਕ ਪਹਿਲਾ ਖੜਾ ਜਦੋਂ ਕਰਾਇਆ ਵੀ ਟੀ ਵੀ ਵਾਲਿਆਂ ਨੇ ਉਹ 'ਚ ਕਰਵਾਇਆ ਗੀਤ ਮੇਰਾ ਇਹ ਉਦੋਂ ਪਹਿਲਾਂ ਮੇਰੇ ਹੋਏ ਸੀ 40-50 ਗੀਤ ਉਹਨਾਂ ਨੂੰ ਇੰਨੀ ਮਕਬੂਲੀਅਤ ਕਿਉਂ ਨਹੀਂ ਮਿਲੀ ਉਹ 40-50 ਗੀਤਾਂ ਨੂੰ ਜਿੰਨੀ ਇਸ ਗੀਤ ਨੂੰ ਮਿਲ ਗਈ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਨਹੀਂ ਮੁੰਡਾ ਲੈਣ ਮੈਣ ਲੱਗਿਆ ਰਿਸ਼ਤਿਆਂ ਦੀ ਨੋਕ ਝੋਕ 'ਤੇ ਸੁਪਰ ਡੁਪਰ ਹਿੱਟ ਹੋਇਆ ਗੀਤ ਜਿਸ ਨੂੰ ਲਿਖਿਆ ਇਹ ਸ਼ਿੰਦਰ ਨਥਾਣਾ ਜੀ ਨੇ ਜਿਸ ਨੂੰ ਆਵਾਜ਼ ਦਿੱਤੀ ਬਲਕਾਰ ਸਿੱਧੂ ਅਤੇ ਉਹਨਾਂ ਦੀ ਸਾਥੀ ਗਾਇਕਾ ਜੀ ਨੇ ਜੋ ਗੀਤ ਅੱਜ ਵੀ ਸੁਪਰ ਡੁਪਰ ਹਿੱਟ ਹੋਇਆ ਏ ਸੋਸ਼ਲ ਮੀਡੀਆ 'ਤੇ ਅਕਸਰ ਹੀ ਅਸੀਂ ਰੀਲਾਂ ਦੇ ਵਿੱਚ ਸੁਣਦੇ ਹਾਂ ਸ਼ਿੰਦਰ ਨਥਾਣਾ ਜੀ ਦਾ ਇਹ ਗੀਤ ਲਿਖਿਆ ਹੋਇਆ ਮੁੰਡਾ ਲੈਣ ਮੈਣ ਲੱਗਿਆ ਮੁੰਡਾ ਮਾਸੀ ਦਾ ਵੀ ਕਿਹਾ ਜਾ ਸਕਦਾ ਇਸ ਗੀਤ ਨੂੰ ਅੱਜ ਸ਼ਿੰਦਰ ਨਥਾਣਾ ਜੀ ਨਾਲ ਉਹਨਾਂ ਦੇ ਗੀਤਾਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕਰਾਂਗੇ DPD ਟੈਲੀਵਿਜ਼ਨ ਦੀ ਟੀਮ ਪਿੰਡ ਨਥਾਣਾ ਜਿਸ ਨੂੰ ਕਸਬਾ ਨਥਾਣਾ ਵੀ ਕਹਿ ਸਕਦੇ ਹਾਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ ਗੱਲ ਸੰਗੀਤ ਪ੍ਰੇਮੀਆਂ ਦੀ ਪ੍ਰੋਗਰਾਮ ਦੇ ਵਿੱਚ ਸ਼ਿੰਦਰ ਨਥਾਣਾ ਜੀ ਦਾ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਜੀ ਆ ਸ਼ੁਕਰੀਆ ਸ਼ਿੰਦਰ ਨਥਾਣਾ ਜੀ ਅਤੇ ਤੁਸੀਂ ਸਾਡੀ ਟੀਮ ਦੇ ਲਈ ਟਾਈਮ ਕੱਢਿਆ ਆਪਾਂ ਕਾਫੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਗੀਤਾਂ ਬਾਰੇ ਅਤੇ ਗੀਤ ਲਿਖਣ ਦਾ ਸ਼ੌਕ ਕਿਵੇਂ ਪਿਆ ਇਹ ਸਭ ਗੱਲਾਂ ਬਾਤਾਂ ਕਰਾਂਗੇ ਅਤੇ ਮੇਰਾ ਪਹਿਲਾ ਸਵਾਲ ਇਹ ਆ ਕਿ ਮੁੰਡਾ ਲੈਣ ਮੈਣ ਲੱਗਿਆ ਇਹ ਗੀਤ ਲਿਖਣ ਦਾ ਸਬੱਬ ਕਿਵੇਂ ਬਣਿਆ ਗੀਤ ਤਾਂ ਮੇਰੇ ਪਹਿਲਾਂ ਵੀ ਆਏ ਸੀਗੇ 4-5 ਗੈਸਟਾਂ ਪਹਿਲਾਂ ਆ ਚੁੱਕੀਆਂ ਸੀ ਮੇਰੀਆਂ ਗੀਤਾਂ ਦੀਆਂ ਉਦੋਂ ਬਾਅਦ ਮੇਰੇ ਦਿਮਾਗ 'ਚ ਆਈਡੀਆ ਆਇਆ ਮੇਰੀ ਲੈਣ ਮੈਣ ਦੀ ਪ੍ਰਮੋਸ਼ਨ ਹੋਈ ਸੀਗੀ ਉਦੋਂ ਬਾਅਦ ਮੈਂ ਸੋਚਿਆ ਵੀ ਆਪਾਂ ਆਪਦੇ 'ਤੇ ਵੀ ਕੋਈ ਗੀਤ ਲਿਖੀਏ ਮੈਂ ਆਪਦੇ ਘਰ ਦੇ ਮਾਹੌਲ 'ਤੇ ਫਿਰ ਗੀਤ ਲਿਖਿਆ ਸਾਰਾ ਇਹ ਉਦੋਂ ਘਰ ਦਾ ਮਾਹੌਲ ਕੀ ਸੀ ਜਿਵੇਂ ਤੁਸੀਂ ਤਾਂ ਲੈਣ ਮੈਣ ਸੀ ਹੋਰ ਜਿਹੜੇ ਮੁਲਾਜ਼ਮਾਂ ਦੇ ਨਾਮ ਪਾਏ ਆ ਗੀਤ ਮੇਰੇ ਚਾਚੇ ਦਾ ਮੁੰਡਾ ਉਹਦਾ ਪੁਲਿਸ 'ਚ ਹੌਲਦਾਰ ਸੀ ਹੁਣ ਇੰਸਪੈਕਟਰ ਆ ਅਤੇ ਮੇਰੀ ਮਾਸੀ ਦਾ ਮੁੰਡਾ ਮਿੰਨੀ ਬੱਸ ਚਲਾਉਂਦਾ ਹੁੰਦਾ ਸੀ ਉਹ ਸਾਰਾ ਉਸ ਗੀਤ ਵਿੱਚ ਮੈਂ ਬਿਆਨ ਕਰਕੇ ਲੋਕਾਂ ਦੀ ਝੋਲੀ ਪਾਇਆ ਜੀ ਵਾਹ ਜੀ ਉਹ ਬੜਾ ਸੋਹਣਾ ਗੀਤ ਜਾਣੀ ਕਿ ਸੁਪਰ ਡੁਪਰੇਟ ਹੋਇਆ ਅਤੇ 3-4 ਤੁਸੀਂ ਲਫ਼ਜ਼ ਪਾਏ ਨੇ ਪਹਿਰੇ ਪਾਏ ਨੇ ਹੋਰ ਵੀ ਗੀਤ ਇਹ ਉਹਦੇ ਵਿੱਚ ਕੋਈ ਹੋਰ ਮਹਿਕਮੇ ਦਾ ਜ਼ਿਕਰ ਹੈਗਾ ਸੀ ਕਿ ਨਹੀਂ ਹਾਂ ਇੱਕ ਫੌਜੀ ਦਾ ਜ਼ਿਕਰ ਸੀਗਾ ਉਹ ਉਹਨੇ ਕੱਟਤਾ ਵਿੱਚੋਂ ਕਿਉਂਕਿ ਉਹਦਾ ਪਿਤਾ ਵੀ ਫੌਜੀ ਸੀਗਾ ਬਲਕਾਰ ਦਾ ਉਹਨੇ ਪਹਿਰੇ ਗਾਇਆ ਨਹੀਂ ਪੁਲਿਸ ਵਾਲਾ ਦੁਬਾਰੇ ਗਾ ਦੋ ਵਾਰੀ ਗਾਤਾ ਪਹਿਰਾ ਹਾਂ ਪੁਲਿਸ ਵਾਲੇ ਦੀ ਜ਼ਿਆਦਾ ਫਰਮਾਇਸ਼ ਹੋ ਸਕਦੀ ਹੈ ਨਾ ਹਾਂਜੀ ਅਤੇ ਜਿਵੇਂ ਇਹ ਗੀਤ ਤੁਸੀਂ ਲਿਖਿਆ ਆਪਦੇ ਪਰਿਵਾਰ 'ਤੇ ਉਸ ਤੋਂ ਬਾਅਦ ਗੀਤ ਤੁਸੀਂ ਲੈ ਕੇ ਗਏ ਬਲਕਾਰ ਕੋਲ ਕਿ ਬਲਕਾਰ ਨਾ ਬਲਕਾਰ ਨੂੰ ਕੰਪਨੀ ਦੇ ਥਰੂ ਦਿੱਤਾ ਕਿਵੇਂ ਗੀਤ ਦਿੱਤਾ ਜੀ ਨਹੀਂ ਨਹੀਂ ਬਲਕਾਰ ਨੂੰ ਮੈਂ ਘਰ ਆ ਗਿਆ ਬਲਕਾਰ ਮੇਰੇ ਕੋਲ ਉੱਥੇ ਉਹ ਕਹਿੰਦਾ ਮੈਨੂੰ ਅੰਕਲ 'ਚ ਗੀਤ ਦਿਓ ਕੋਈ ਮੈਂ ਚੱਕ ਕੇ ਦੇਤਾ ਮੈਨੂੰ ਤਾਂ ਐਸੇ ਵੀ ਬਲਕਾਰ ਨਹੀਂ ਗਾਉਣਾ ਹੀ ਨਹੀਂ ਇਹ ਅਤੇ ਨਾ ਹੀ ਮੈਨੂੰ ਇੰਨੇ ਚਾਂਸ ਸੀਗੇ ਇਹਦੇ ਵੀ ਗੀਤ ਇੰਨਾ ਚੱਲ ਜੂ ਉਦੋਂ ਬਾਅਦ ਜਦੋਂ ਦੇਖਿਆ ਬਲਕਾਰ ਨੇ ਦੋ ਤਿੰਨ ਸਟੇਜਾਂ 'ਤੇ ਗਾਇਆ ਲੋਕਾਂ ਨੇ ਵਾਰੀ ਵਾਰੀ ਫਰਮਾਇਸ਼ ਕੀਤੀ 3-4 ਵਾਰੀ ਲਵਾਇਆ ਕਰਨ ਸਟੇਜ 'ਤੇ ਉਤੋਂ ਇਹ ਗੀਤ ਉਦੋਂ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਗੀਤ ਚੱਲਣ ਵਾਲਾ ਉਹਨੇ ਚੱਕ ਕੇ ਇੱਕ ਪਹਿਲਾ ਖੜਾ ਜਦੋਂ ਕਰਾਇਆ ਵੀ ਟੀ ਵੀ ਵਾਲਿਆਂ ਨੇ ਉਹ 'ਚ ਕਰਵਾਇਆ ਗੀਤ ਮੇਰਾ ਇਹ ਹਾਂਜੀ ਪਹਿਲਾਂ ਮੈਂ ਅਕਸਰ ਹੀ ਸੁਣਦਾ ਜਿਵੇਂ ਕਿ ਪਹਿਲਾਂ ਸਟੇਜੀ ਕਲਾਕਾਰ ਉਹ ਸਟੇਜਾਂ 'ਤੇ ਗਾਉਂਦੇ ਸੀ ਅਤੇ ਦਰਸ਼ਕਾਂ ਨੂੰ ਗਾ ਕੇ ਸੁਣਾਉਂਦੇ ਸੀ ਜਿਹੜਾ ਗੀਤ ਦੀ ਮੰਗ ਹੁੰਦੀ ਸੀ ਅਕਸਰ ਉਹਨੂੰ ਹੀ ਰਿਲੀਜ਼ ਕਰਿਆ ਜਾਂਦਾ ਸੀਗਾ ਜਿਵੇਂ ਕਿ ਪਹਿਲਾਂ ਤੁਹਾਡਾ ਗੀਤ ਸਟੇਜਾਂ 'ਤੇ ਗਾਇਆ ਗਿਆ ਹੈਗਾ ਹਾਂਜੀ ਹਾਂਜੀ ਯਾਨੀ ਕਿ ਸਟੇਜਾਂ ਤੋਂ ਹਿੱਟ ਹੋਣ ਤੋਂ ਬਾਅਦ ਰਿਕਾਰਡਿੰਗ ਹੋਇਆ ਗਾ ਹਾਂਜੀ ਹਾਂਜੀ ਜੀ ਅਤੇ ਮੁੰਡਾ ਲੈਣ ਮੈਣ ਲੱਗਿਆ ਤੁਸੀਂ ਲੈਣ ਮੈਨ ਸੀਗੇ ਅਤੇ ਲੈਨ ਮੈਨ ਆਪਣੀ ਜੀਵਨੀ 'ਤੇ ਗੀਤ ਲਿਖਿਆ ਸੁਪਰ ਡਿਪਰ ਹਿੱਟ ਹੋਇਆ ਅਤੇ ਉਸ ਤੋਂ ਬਾਅਦ ਜਿਵੇਂ ਦੱਸਿਆ ਕਿ ਬਲਕਾਰ ਸਾਡੇ ਘਰ ਆਇਆ ਬਲਕਾਰ ਨਾਲ ਕਿਵੇਂ ਮੇਲ ਹੋਇਆ ਸੀ ਉਸ ਤੋਂ ਪਹਿਲਾਂ ਵੀ ਮੇਲ ਸੀ ਤੁਹਾਡਾ ਕਿ ਪਹਿਲਾਂ ਵੀ ਜਾਣ ਪਛਾਣ ਸੀ ਕਿ ਨਹੀਂ ਨਹੀਂ ਬਲਕਾਰ ਪਹਿਲਾਂ ਸਾਡੇ ਸਕੂਲ 'ਚ ਪੜ੍ਹਦਾ ਹੁੰਦਾ ਸੀਗਾ ਉਦੋਂ ਆਉਣ ਜਾਣ ਬਣ ਗਿਆ ਮੇਰੇ ਨਾਲ ਉਹਦਾ ਉਹਨੂੰ ਪਤਾ ਸੀ ਵੀ ਗੀਤ ਲਿਖਦਾ ਇਹ ਕਹਿੰਦਾ ਅੰਕਲ ਮੈਨੂੰ ਗੀਤ ਗੂਤ ਦਿਆ ਕਰੋ ਮੈਂ ਵੀ ਗਾਉਣ ਲੱਗਣਾ ਉਦੋਂ ਬਾਅਦ ਇਹਨੇ ਕੈਸਟ ਕੱਢੀ ਸੀ 3 ਪੇਪਰਾਂ ਦੇ ਉਦੋਂ ਬਾਅਦ ਮੈਂ ਇਹਨੂੰ ਗੀਤ ਦੇਤਾ ਪਰ ਇਹ ਅਤੇ ਗੀਤ ਸੁਪਰ ਡੁਪਰ ਹਿੱਟ ਜਦੋਂ ਆਮ ਦਰਸ਼ਕਾਂ ਦੇ ਸਾਹਮਣੇ ਹਿੱਟ ਹੋ ਕੇ ਆਇਆ ਗੀਤ ਅਤੇ ਉਦੋਂ ਕਿੰਨੀ ਖੁਸ਼ੀ ਹੋਈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੰਤ ਨਹੀਂ ਰਿਹਾ ਕੋਈ ਖੁਸ਼ੀ ਦਾ ਤਾਂ ਅਤੇ ਇਸ ਤੋਂ ਪਹਿਲਾਂ ਕਿੰਨੇ ਗੀਤ ਰਿਕਾਰਡਿੰਗ ਹੋਏ ਸੀ ਤੁਹਾਡੇ ਇਸ ਗੀਤ ਤੋਂ ਉਦੋਂ ਪਹਿਲਾਂ ਮੇਰੇ ਹੋਏ ਸੀ 40-50 ਗੀਤ ਉਹਨਾਂ ਨੂੰ ਇੰਨੀ ਮਕਬੂਲੀਅਤ ਕਿਉਂ ਨਹੀਂ ਮਿਲੀ ਉਹ 40-50 ਗੀਤਾਂ ਨੂੰ ਜਿੰਨੀ ਇਸ ਗੀਤ ਨੂੰ ਮਿਲ ਗਈ ਉਹ ਫਿਰ ਕਲਾਕਾਰ ਇਹੋ ਜਿਹੇ ਸੀਗੇ ਜਿਹਨਾਂ ਨੂੰ ਪ੍ਰੋਗਰਾਮ ਹੀ ਘੱਟ ਪੈਂਦੇ ਸੀ ਸਟੇਜਾਂ ਘੱਟ ਚੜ੍ਹਦੇ ਸੀ ਇਸ ਕਰਕੇ ਉਹ ਮਕਬੂਲ ਨਹੀਂ ਹੋਏ ਗੀਤ ਬਹੁਤ ਵਧੀਆ ਸੀਗੇ ਸਾਰੇ ਯਾਨੀ ਕਿ ਇਸ ਨੂੰ ਮਕਬੂਲੀ ਤਾਂ ਮਿਲ ਗਈ ਕਿਉਂਕਿ ਜੇ ਮਹਿਕਮਿਆਂ ਦਾ ਜ਼ਿਕਰ ਹੋਇਆ ਇਹ ਵੀ ਕਾਰਨ ਹੋ ਸਕਦਾ ਹਾਂਜੀ ਹਾਂਜੀ ਇਹਦਾ ਵੀ ਬਹੁਤ ਫਰਕ ਹੁੰਦਾ
ਇਹ 'ਚ ਤਿੰਨ ਚਾਰ ਮਹਿਕਮੇ ਸੀ ਬਿਜਲੀ ਵਾਲੇ ਤਾਂ ਮਗਰੀ ਪੈ ਗਏ ਫਿਰ ਇਹਦੇ। ਹਾਂ ਹੁਣ ਵੀ ਰੀਲਾਂ ਜਾਂ ਦੇਖਦੇ ਹਾਂ ਮੁੰਡਾ ਲੈਣ ਮੈਣ ਲੱਗਿਆ ਕੋਈ ਤਾਰ ਠੀਕ ਕਰੀ ਜਾਂਦਾ ਕੋਈ ਪੁਲਿਸ ਵਾਲਾ ਬੈਠਾ ਉਹਦੇ 'ਤੇ ਜਾਂ ਕੋਈ ਮਿੰਨੀ ਬੱਸ ਦਾ ਡਰਾਈਵਰ ਜਾਣੀ ਕਿ ਹਰ ਮਹਿਕਮੇ 'ਤੇ ਢੁੱਕਦਾ ਜਿਹਾ ਹੋ ਗਿਆ ਨਾ ਗੀਤ। ਹਾਂਜੀ ਹਾਂਜੀ ਜੀ ਅਤੇ ਇਹ ਗੀਤ ਤੁਸੀਂ ਲਿਖਿਆ ਹਿੱਟ ਵੀ ਸੁਪਰ ਡੁਪਰ ਹਿੱਟ ਹੋਇਆ ਇਸ ਦੀ ਤਰ੍ਹਾਂ ਕੋਈ ਹੋਰ ਗੀਤ ਸੁਪਰ ਹਿੱਟ ਦਿੱਤਾ ਕਿ ਨਹੀਂ? ਗੀਤ ਤਾਂ ਬਹੁਤ ਦਿੱਤੇ ਪਰ ਮੇਰੇ ਨਾਲ ਭੰਨ ਤੋੜ ਹੋ ਗਈ ਤਾਂ ਜੀ ਉਹਨਾਂ 'ਚ ਸੁਰਿੰਦਰ ਸ਼ਿੰਦੇ ਨੇ ਗਾਇਆ ਸੀ ਸੁੱਖ ਲਗੀਆਂ ਪੰਜ ਮੱਸਿਆ ਗੀਤ ਮੇਰਾ ਲਿਖਿਆ ਸੀਗਾ ਉਹ 'ਚ ਵੀ ਪਾਲੀ ਨੇ ਆਪਦਾ ਨਾਂ ਪਾਤਾ ਸੀਗਾ ਅਤੇ ਉਦੋਂ ਬਾਅਦ ਹੋ ਗਏ ਫੇਲ ਮੈਂ ਪ੍ਰੈਪ ਵਿੱਚ ਚੰਨਾ ਰਮਲੇ ਨੇ ਗਾਇਆ ਉਹ 'ਚ ਵੀ ਨਾਂ ਬਦਲ ਕੇ ਪਾਤਾ ਸੀ ਮੇਰਾ ਗੀਤ ਮੇਰਾ ਲਿਖਿਆ ਸੀ ਉਹ। ਅਤੇ ਕਦੋਂ ਭੰਨ ਤੋੜ ਹੋਣੀ ਬੰਦ ਹੋਈ ਤੁਹਾਡੇ ਨਾਲ? ਜਦੋਂ ਦਾ ਇਹ ਗੀਤ ਹੋਇਆ ਮੇਰਾ ਉਦੋਂ ਬਾਅਦ ਫਿਰ ਮੈਂ ਆਪ ਗੌਰ ਰੱਖਣ ਲੱਗ ਗਿਆ ਇਸ ਚੀਜ਼ ਦੀ ਮੈਂ ਅਗਲੇ ਤੋਂ ਦਸਖਤ ਲਏ ਬਿਨਾਂ ਗੀਤ ਨਹੀਂ ਦਿੰਦਾ। ਅਤੇ ਅੱਜ ਕੱਲ੍ਹ ਕੋਈ ਗੀਤ ਆਇਆ ਤੁਹਾਡਾ ਇਹਨਾਂ ਸਮਿਆਂ 'ਚ? ਇਹੀ ਮੁੰਡਾ ਲੈਣ ਮੈਨ ਲੱਗਿਆ ਹੁਣ ਦੁਆਰੇ ਦੇ ਬਾਹਰਲੀ ਕੰਟਰੀ ਤੋਂ ਰਿਲੀਜ਼ ਹੋਇਆ ਉਹ ਤੁਸੀਂ ਬਿਆਨ ਕਰੋਗੇ ਕਿ ਕਿਹਦੀ ਬਾਅਦ 'ਚ ਹੋਇਆ। ਜੀ ਮੈਂ ਯੂਟਿਊਬ 'ਤੇ ਦੇਖ ਰਿਹਾ ਸੀਗਾ ਬੜਾ ਸੋਹਣਾ ਗੀਤ ਹੈਗਾ ਅਤੇ ਉਹ ਜੈਲਦਾਰਨੀ ਕੁੜੀ ਦਾ ਨਾਮ ਹੈਗਾ ਗੁਰਜਾਨ ਅਤੇ ਰੂਪ ਜੈਲਦਾਰਨੀ ਦੀ ਆਵਾਜ਼ ਦੇ ਵਿੱਚ। ਜੀ ਮੈਨੂੰ ਲੱਗਦਾ ਤੁਹਾਨੂੰ ਯਾਦ ਨਹੀਂ ਇਸ ਬਾਰੇ ਕਿਵੇਂ ਗੀਤ ਕਿਸ ਦੀ ਆਵਾਜ਼ ਦੇ ਜਲਦੀ ਰਿਲੀਜ਼ ਹੋਇਆ? ਮੈਂ ਇਹ ਸੁਣਿਆ ਨਹੀਂ ਉਹ ਗੀਤ ਮੈਨੂੰ ਦੱਸਿਆ ਕਿ ਨਹੀਂ ਤੇਰਾ ਗੀਤ ਰਿਲੀਜ਼ ਹੋਇਆ ਉੱਥੋਂ। ਹਾਂ ਦੁਬਾਰੇ ਦੁਬਾਰੇ ਵੀ ਜਾਣੀ ਕਿ ਰਿਲੀਜ਼ ਹੋ ਰਿਹਾ ਗੀਤ। ਜੀ ਬਹੁਤ ਵੱਡੀ ਕਾਬਲੀਅਤ ਮੰਨ ਸਕਦੇ ਹੋ। ਹਾਂ ਜੀ ਮੈਂ ਖੁਸ਼ਕਿਸਮਤ ਸਮਝਦਾ ਆਪਦੇ ਆਪ ਨੂੰ ਵੀ ਬਾਹਰਲੇ ਦੇਸ਼ਾਂ 'ਚ ਵੀ ਮੇਰੇ ਬੱਲੇ ਬੱਲੇ ਹੋਈ ਪਈ ਹੈ। ਜੀ ਅਤੇ ਵੈਸੇ ਜਦੋਂ ਗੀਤ ਰਿਕਾਰਡਿੰਗ ਹੁੰਦੇ ਸੀ ਤੁਹਾਡੇ ਅਤੇ ਆਮ ਲੋਕ ਕਦੋਂ ਜਾਣਨ ਲੱਗੇ ਤੁਹਾਨੂੰ ਪਿੰਡ ਦੇ ਵਿੱਚ ਯਾਰ ਇਹ ਸ਼ਿੰਦਰ ਨਥਾਣੇ ਵਾਲਾ ਗੀਤਕਾਰ ਆ? ਪਿੰਡ 'ਚ ਤਾਂ ਮੈਨੂੰ ਪਹਿਲਾਂ ਤਾਂ ਜਾਣਦੇ ਸੀ ਜਦੋਂ ਕੈਸਤਾਂ 'ਚ ਸੁਣਦੇ ਸੀ ਗੀਤ ਮੇਰੇ ਉਹਦੀ ਜਾਣ ਪਛਾਣ ਬਣ ਗਈ ਸੀ ਲੋਕਾਂ ਨਾਲ ਮੇਰੀ। ਆਮ ਪਬਲਿਕ ਦੇ ਵਿੱਚ ਕਦੋਂ ਜਾਣ ਪਛਾਣ ਬਣੀ? ਆਮ ਜ਼ਿਆਦਾ ਤਾਂ ਮੁੰਡਾ ਲੈਣ ਮੈਣ ਤੋਂ ਬਾਅਦ ਹੀ ਬਣੀ ਹੈ ਇਹ ਤਾਂ ਫਿਰ ਵਿਦੇਸ਼ਾਂ 'ਚ ਵੀ ਬਣ ਗਈ ਇਹਦੇ ਨਾਲ ਤਾਂ। ਅੱਜ ਜੇ ਕਿਤੇ ਕਿਤੇ ਲੈਣ ਮੈਣ ਦਾ ਜ਼ਿਕਰ ਆਉਂਦਾ ਤਾਂ ਤੁਹਾਡਾ ਜ਼ਿਕਰ ਵੀ ਆਉਂਦਾ ਨਾ? ਹਾਂਜੀ ਹਾਂਜੀ ਹੁਣ ਵਿਦੇਸ਼ਾਂ ਤੋਂ ਮੈਨੂੰ ਕਈ ਵਾਰੀ ਟੈਲੀਫੋਨ ਆਉਂਦੇ ਆ ਅੰਕਲ ਕਹਿੰਦੇ ਕਿ ਉਹੋ ਜਿਹਾ ਗੀਤ ਹੋਰ ਲਿਖੋ। ਉਹੋ ਜਿਹਾ ਲਿਖਿਆ ਗਿਆ ਕਿ ਨਹੀਂ ਦੁਬਾਰੇ? ਹਾਂ ਲਿਖਿਆ ਹੁਣ ਜਿਹੜਾ ਕਿ ਥੋੜ੍ਹੇ ਦਿਨਾਂ 'ਚ ਅਸੀਂ ਰਿਲੀਜ਼ ਕਰਦੇ ਹਾਂ ਉਹੋ ਜਿਹੇ ਤਿੰਨ ਚਾਰ ਮਹਿਕਮੇ ਪਾਇਆ ਉਸ ਕੇਸ 'ਚ ਮੈਂ। ਕਿਹੜੇ ਕਲਾਕਾਰ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਗੀਤ ਉਹ? ਉਹ ਮੇਰਾ ਆਪਦੇ ਕਾਕੇ ਦੇ ਮੇਰੇ ਕਾਕੇ ਨੇ ਗਾਇਆ ਸਾਡੇ ਸਟੂਡੀਓ 'ਚ ਅਸੀਂ ਸਟੂਡੀਓ ਬਣਾਇਆ ਘਰ ਹੁਣ ਜੀ ਰਿਕਾਰਡਿੰਗ ਕਰਦੇ ਹਾਂ। ਅਤੇ ਵੈਸੇ ਜਿਵੇਂ ਕਿ ਮੈਂ ਸ਼ੁਰੂਆਤ ਵਾਲੇ ਸਵਾਲ ਹੁਣ ਕਰਨ ਜਾ ਰਿਹਾ ਗਾ ਤੁਹਾਨੂੰ ਗੀਤ ਲਿਖਣ ਦਾ ਸ਼ੌਕ ਕਿਵੇਂ ਪਿਆ ਸੀ? ਮੈਂ ਪਹਿਲਾਂ ਛੋਟਾ ਛੋਟੀਆਂ ਕਿਤਾਬਾਂ ਜਿਹਾ ਦੇਖਦਾ ਹੁੰਦਾ ਸੀਗਾ ਉਦੋਂ ਬਾਅਦ ਮੈਂ ਮੈਟ੍ਰਿਕ ਤੋਂ ਬਾਅਦ ਮੈਂ ਛੋਟੇ ਛੋਟੇ ਗੀਤ ਲਿਖਣ ਲੱਗ ਗਿਆ ਉਦੋਂ ਬਾਅਦ ਮੈਨੂੰ ਨਿਰਭੈ ਗਿਆ ਲੱਗ ਮੈਨੂੰ ਮਿਲ ਗਿਆ ਸਰਾਮ ਪ੍ਰੇਮਾ ਡਿਊਟੀ ਕਰਦਾ ਮੇਰੇ ਉੱਤੇ ਉਹ ਕਹਿੰਦਾ ਵੀ ਗੀਤ ਮੈਨੂੰ ਦੇ ਤੂੰ ਮੈਂ ਸਭ ਤੋਂ ਪਹਿਲਾਂ ਗੀਤ ਉਹਨੂੰ ਦੇਣ ਲੱਗਿਆ ਉਦੋਂ ਬਾਅਦ ਤਾਂ ਫਿਰ ਕਈ ਕਲਾਕਾਰਾਂ ਨੇ ਗਾਏ ਮੇਰੇ ਗੀਤ। ਸਭ ਤੋਂ ਪਹਿਲਾਂ ਨਿਰਭੈ ਗਿਲ ਨੇ ਗਾਏ ਸੀ ਗੀਤ ਕਿਸ ਸੰਨ ਦੇ ਵਿੱਚ? ਸੰਨ ਨਹੀਂ ਮੇਰੇ ਯਾਦ ਉਹ ਹੋਣਾ ਵੀ 78 'ਚ 78 ਦੇ ਵਿੱਚ ਗੀਤ ਰਿਕਾਰਡ ਹੋਣ ਲੱਗ ਗਏ ਸੀ ਜੀ। ਅਤੇ ਹਿੱਟ ਗੀਤ ਕਦੋਂ ਦੇਣ ਲੱਗ ਗਏ ਤੁਸੀਂ ਮਾਰਕੀਟ 'ਚ? ਹਿੱਟ ਤਾਂ ਹੁਣ ਜ਼ਿਆਦਾ ਹੁਣੀ ਦਿੰਦਾ ਮੈਂ ਜ਼ਿਆਦਾ ਹਿੱਟ ਤਾਂ ਜਿਵੇਂ ਕਿ ਉਹ ਸਮਾਂ ਹੀ ਉਸ ਤਰ੍ਹਾਂ ਦਾ ਹੋ ਸਕਦਾ ਜਿਵੇਂ ਕਿ ਆਪਾਂ LP ਰਿਕਾਰਡ EP ਰਿਕਾਰਡ ਦਾ ਸੀ ਹੋਏ ਆ ਉਦੋਂ ਫਿਰ ਮੈਂ ਆਪਦੇ ਕੰਮ ਮਹਿਕਮੇ ਦੇ ਕੰਮ 'ਚ ਹੀ ਬਿਜੀ ਰਹਿੰਦਾ ਸੀ ਇੰਨਾ ਟਾਈਮ ਹੀ ਨਹੀਂ ਸੀ ਮੇਰੇ ਕੋਲ। ਅਤੇ ਜਿਵੇਂ ਕਿ ਤੁਸੀਂ ਮੁਲਾਜ਼ਮ ਸੀਗੇ ਅਤੇ ਉਦੋਂ ਜਦੋਂ ਮੁਲਾਜ਼ਮ ਸੀਗੇ ਜਾਂ ਲੈਣ ਮੈਣ ਦਾ ਕੰਮ ਕਰਦੇ ਸੀਗੇ ਜਾਂ ਜੇਈ ਤੌਰ 'ਤੇ ਰਿਟਾਇਰ ਹੋਏ ਹੋ ਉਦੋਂ ਮਹਿਕਮੇ 'ਚ ਕਿੰਨੀ ਕੁ ਤੁਹਾਡੀ ਪੁੱਕਤ ਸੀਗੀ ਜਾਂ ਕਿੰਨੀ ਕੁ ਚੜ੍ਹਾਈ ਸੀਗੀ? ਬਹੁਤ ਜ਼ਿਆਦਾ ਜਿੰਨੇ ਵੀ ਕਹਿੰਦੇ ਉਹਨੇ ਵੱਡੇ ਅਫਸਰਾਂ ਦੇ ਵਿੱਚ ਬਹਿੰਦੇ ਸੀਗੇ। ਹਾਂਜੀ ਹਾਂਜੀ ਉਦੋਂ ਕੀ ਕਹਿੰਦੇ ਸੀ ਸ਼ਿੰਦਰ ਥਾਣੇ ਵਾਲੇ ਨੂੰ? ਗੀਤ ਸੁਣ ਕੇ ਫਿਰ ਕਹਿੰਦੇ ਸੀ ਤੂੰ ਸੁਣਾ ਮੈਨੂੰ ਮੈਂ ਇੱਕ ਦੋ ਪਹਿਰੇ ਸੁਣਾ ਦਿੰਦਾ ਸੀ ਬਸ ਇੰਨੇ ਨਾਲ ਖੁਸ਼ ਹੋਏ ਪੈਗ ਸ਼ੈਗ ਲਾਉਂਦੇ ਇਕੱਠੇ ਬੈਠ ਕੇ ਜੀ ਯਾਨੀ ਕਿ ਪੈਗ ਸ਼ੈਗ ਲਾਉਂਦੇ ਬਹਿ ਕੇ ਅਤੇ ਉਹ ਗੀਤ ਜ਼ਰੂਰ ਸੁਣਨਾ ਚਾਹੁੰਦੇ ਤੁਹਾਡੇ ਜਵਾਨ ਦੇ ਵਿੱਚੋਂ ਕਿਸ ਤਰ੍ਹਾਂ ਦਾ ਤੁਸੀਂ ਉਸ ਸਮੇਂ ਫਿਲਮਾਇਆ ਸੀਗਾ? ਹੁਣ ਮੈਂ ਚੰਗੀ ਤਰ੍ਹਾਂ ਯਾਦ ਨਹੀਂ ਢੰਗ ਮੇਰੇ ਗੀਤ ਉਹ ਭੁੱਲ ਗਿਆ ਇੱਕ ਦਾ ਪਹਿਰਾ ਤਾਂ ਹੋ ਜਾਏ ਜੀ ਮੈਂ ਹੋਰ ਗੀਤ ਸੁਣਾ ਦਿੰਦਾ ਤੁਹਾਨੂੰ ਜਿਹੜਾ ਕਿ ਹੁਣ ਮੈਨੇ ਲਿਖਿਆ ਜਿਹੜਾ ਨਵਾਂ ਗੀਤ ਲਿਖਿਆ ਹੋਣਾ ਜੇ ਉਦੋਂ ਰਾਤ ਨੂੰ ਸਾਗ ਕਰਾਂ ਵਾਂ ਇਹ ਤਾਂ ਭਾਬੀ ਕੇ ਤੇਰੀ ਮਰਜ਼ੀ ਕਿੰਨਾ ਲੱਗਦੀ ਪੈ ਕੈਸ਼ ਦਵਾਵਾਂ ਕੁੜੀ ਭਲਾ ਦੱਸ ਕੀ ਕੁਝ ਕਰਦੀ ਕਹਿੰਦੀ ਵਿਹਲਾ ਬਹਿ ਕੇ ਐਸ਼ ਕਰੀ ਲੋਹੜੇ ਦੇ ਨੋਟ ਕਮਾਉਂਦੀ ਹੈ ਨਾ ਟੀਚਰ ਹੈ ਸਰਕਾਰੀ ਨਾਲ ਟਿਊਸ਼ਨ ਘਰੇ ਪੜ੍ਹਾਉਂਦੀ ਹੈ ਨਾਲੇ ਟੀਚਰ ਹੈ ਸਰਕਾਰੀ ਨਾਲੇ ਟਿਊਸ਼ਨ ਘਰੇ ਪੜ੍ਹਾਉਂਦੀ ਹੈ ਜੀ ਯਾਨੀ ਕਿ ਉਸ ਗੀਤ ਦਾ ਜਵਾਬ ਹੈਗਾ। ਹਾਂਜੀ ਜੀ ਅਤੇ ਤੁਹਾਡੇ ਗੀਤ ਦੀ ਕਿਸੇ ਨੇ ਕਾਪੀ ਕਰੀ ਹੋਵੇ ਕਿਸੇ ਗੀਤ ਨੂੰ ਯਾਨੀ ਕਿ ਐਂ ਕਰਿਆ ਹੋਵੇ ਮੇਰੇ ਗੀਤ ਤੋਂ ਨਕਲਾਂ ਹੋਈਆਂ ਗੀਆਂ? ਹਾਂ ਹੋਈਆਂ ਗੀਤਾਂ ਕਈ ਗੀਤਾਂ ਨੇ ਕੀਤੀਆਂ ਨਕਲਾਂ ਮੇਰੇ ਗੀਤ 'ਚੋਂ ਨਗੀਨੇ ਨੇ ਵੀ ਗਾਇਆ ਸੀ ਮੁੰਡਾ ਥਾਣੇਦਾਰ ਲੱਗਿਆ ਪਰ ਉਹ ਚੱਲਿਆ ਨਹੀਂ ਗੀਤ ਉਹਦਾ ਕੈਸਟ 'ਚ ਕਰਵਾਇਆ ਸੀ ਉਹਨੇ ਕੈਸਟ ਜੀ। ਅਤੇ ਦੋ ਕਲਾਕਾਰਾਂ ਦਾ ਤੁਸੀਂ ਜ਼ਿਕਰ ਕਰਿਆ ਪਹਿਲਾਂ ਇੱਕ ਰਾਮਪੁਰੇ ਵਾਲੇ ਕਲਾਕਾਰ ਦਾ ਇੱਕ ਬਲਕਾਰ ਜੀ ਦਾ ਇੱਕ ਨਗੀਨੇ ਦਾ ਇਹਨਾਂ ਤੋਂ ਬਿਨਾਂ ਹੋਰ ਕਿਹਨੇ ਕਿਹਨੇ ਗੀਤ ਗਾਏ ਆ? ਹੁਣ ਤਾਂ ਨਗੀਨੇ ਨੇ ਵੀ ਦੋ ਤਿੰਨ ਗੀਤ ਗਾਏ ਆ ਮੇਰੇ ਜਿਹੜੇ ਕਿ ਚੱਲ ਰਿਹਾ ਯੂਟਿਊਬ 'ਤੇ ਭਾਬੀ ਸੌਂਗ ਮੇਰਾ ਚੱਲ ਰਿਹਾ ਸੀ ਯੂਟਿਊਬ 'ਤੇ ਹੁਣ
ਲੰਗੀਨੇ ਦੀ ਆਵਾਜ਼ 'ਚ। ਵੈਸੇ ਜ਼ਿਕਰ ਹੋ ਜਾਏ ਕਿਹਨੇ ਕਿਹਨੇ ਗੀਤ ਗਾਏ ਆ? ਕਰਤਾਰ ਆਮਲੇ ਨੇ, ਹਾਕਮ ਬਖਤਰੀ ਵਾਲੇ ਨੇ, ਹੋਰ ਵੀ ਕਈ, ਰਾਜਾ ਸਿੱਧੂ ਨੇ, ਹੋਰ ਵੀ ਕਲਾਕਾਰ ਕਰਵਾ ਰਹੇ ਹੈ ਗੀਤ ਮੇਰੇ ਹੁਣ ਲੈ ਕੇ ਗਏ ਆ। ਅਤੇ ਗੀਤਾਂ ਦਾ ਮਿਹਨਤਾਨਾ ਮਿਲਦਾ ਰਿਹਾ ਕਿ ਨਹੀਂ ਤੁਹਾਨੂੰ? ਨਹੀਂ, ਮਿਹਨਤਾਨਾ ਆਪਾਂ ਨਾ ਮੰਗਿਆ ਕਿਤੇ, ਨਾ ਹੀ ਉਹਨਾਂ ਨੇ ਦਿੱਤਾ, ਨਾ ਹੀ ਆਪਾਂ ਮੰਗਿਆ। ਸਰਦੇ ਪਰਦੇ ਹੋਣ ਕਰਕੇ ਨਹੀਂ ਮੰਗਿਆ ਕਿ ਵੈਸੇ ਹੀ ਨਹੀਂ ਜੀ ਕਰਿਆ? ਵੈਸੇ ਨੇ ਆਪਾਂ ਨੂੰ ਕੋਈ ਲਾਲਚੀ ਨਹੀਂ ਸੀਗਾ, ਵਧੀਆ ਤਨਖਾਹ ਮਿਲਦੀ ਸੀ ਮੈਨੂੰ, ਹੁਣ ਵੀ ਪੈਨਸ਼ਨ ਵਧੀਆ ਮਿਲਦੀ ਹੈ। ਯਾਨੀ ਕਿ ਗੀਤਕਾਰੀ ਨੂੰ ਸ਼ੌਕ ਤੌਰ 'ਤੇ ਲਿਆ ਤੁਸੀਂ? ਹਾਂਜੀ ਹਾਂਜੀ, ਆਪਾਂ ਕੀਤਾ ਨਹੀਂ, ਮੇਰਾ ਇਹ ਸ਼ੌਕ ਆ ਮੇਰਾ। ਅੱਜ ਵੀ ਸ਼ੌਕ ਲਈ ਲਿਖਦੇ ਹੋ? ਹਾਂਜੀ ਹਾਂਜੀ। ਕਦੇ ਐਂ ਲੱਗਿਆ ਹੋ ਯਾਰ ਮੈਨੂੰ ਇਹਦਾ ਗੀਤ ਦਾ ਇੰਨਾ ਮੁੱਲ ਮਿਲਣਾ ਚਾਹੀਦਾ ਸੀ, ਮਿਲਿਆ ਨਹੀਂ? ਵੈਸੇ ਮਹਿਸੂਸ ਹੋਇਆ ਹੋਵੇ? ਇਹ ਮਹਿਸੂਸ ਤਾਂ ਹੁੰਦਾ ਹੀ ਹਰੇਕ ਬੰਦੇ ਨੂੰ, ਜਿਹੜਾ ਮਿਹਨਤ ਕਰਦਾ ਬੰਦਾ ਉਹਦਾ ਮੁੱਲ ਨਾ ਮਿਲੇ, ਮਹਿਸੂਸ ਤਾਂ ਹੁੰਦਾ ਹੀ ਹਰੇਕ ਨੂੰ। ਅਤੇ ਵੈਸੇ ਕਲਾਕਾਰਾਂ ਨਾਲ ਕਿੰਨੀ ਕੁ ਨੇੜਤਾ ਅੱਜ ਕੱਲ੍ਹ? ਇੱਕ ਸ਼ਿੰਦੇ ਬਰਾੜ ਨੇ ਮੇਰਾ ਗੀਤ ਗਾਇਆ ਸੀਗਾ, ਕਨੇਡਾ ਤੋਂ ਆਇਆ ਸੀ ਬੰਦਾ, ਉਹ ਮੈਨੂੰ 10,000 ਰੁਪਇਆ ਦਿੱਤਾ ਉਹਨੇ ਗੀਤ ਦਾ ਇੱਕ ਦਾ। ਯਾਨੀ ਕਿ ਬਾਕੀ ਕਿਸੇ ਨੇ? ਮੈਂ ਮੰਗੇ ਕਿਸੇ ਤੋਂ ਨਹੀਂ, ਨਾ ਹੀ ਉਹ ਤੋਂ ਮੰਗਿਆ ਸੀ। ਜਿਵੇਂ ਤੁਹਾਡਾ ਨਾਮ ਅੱਜ, ਉਸ ਤੋਂ ਪਹਿਲਾਂ ਕਿੰਨੇ ਗੀਤ ਰਿਕਾਰਡ ਹੋਇਆ, ਮੁੰਡਾ ਲੈਣ ਮੈਣ ਲੱਗਿਆ, ਜੇ ਇਹ ਗੀਤ ਰਿਕਾਰਡ ਹੋਇਆ ਤਾਂ ਤਾਂ ਹੀ ਪਹਿਚਾਣ ਬਣੀ ਹੈ। ਹਾਂਜੀ ਹਾਂਜੀ, ਮੀਲ ਪੱਥਰ ਦੀ ਤਰ੍ਹਾਂ ਹਿੱਟ ਹੋਇਆ ਨਾ ਜਾਮਾ ਪੂਰਾ, ਵੈਰੀ ਗੁੱਡ। ਅਤੇ ਅੱਜ ਕੱਲ੍ਹ ਬਲਕਾਰ ਸਿੰਘ MLA ਬਣ ਗਏ ਨੇ, ਉਹਨਾਂ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ? ਹੁੰਦੀ ਰਹਿੰਦੀ ਹੈ ਮੁਲਾਕਾਤਾਂ, ਉਵੇਂ ਸੁਨੇਹ ਵੀ ਲਾਉਂਦਾ ਰਹਿੰਦਾ ਜੀ। ਮੇਰਾ ਮੁੰਡਾ ਉਹਦੇ ਨਾਲ ਕੀਬੋਰਡ ਵਜਾਉਂਦਾ ਹੁੰਦਾ, ਕਹਿੰਦਾ ਤੇਰੇ ਡੈਡੀ ਨੂੰ ਲਿਆ ਕੇ ਤੂਤ ਲੱਗੀ ਉਹ ਤਾਂ ਕੋਈ, ਹੁਣ ਤਾਂ ਫਿਰ ਗੀਤ ਗਾਉਣਾ ਹੀ ਹਟ ਗਿਆ, ਉਹ ਤੋਂ ਬਾਅਦ ਦੇਖਾਂਗਾ ਹੁਣ MLA ਤੋਂ ਬਾਅਦ ਜੇ ਗਾਉਣ ਲੱਗੂ ਤਾਂ ਗੀਤ ਹੁਣ ਲੈ ਕੇ ਗਿਆ ਮੈਂ ਤਾਂ। ਹੋਰ ਯਾਨੀ ਕਿ ਮੋਹ ਮੁਹੱਬਤ ਪੂਰੀ ਆ? ਪੂਰੀ ਪੂਰੀ। ਕਦੇ ਮਨ 'ਚ ਖਟਾਸ ਆਈ ਹੋਵੇ? ਨਹੀਂ, ਖਟਾਸ ਕੋਈ ਨਹੀਂ ਜੀ। ਅਤੇ ਹੋਰ ਕਿਹੜੇ ਕਲਾਕਾਰਾਂ ਨਾਲ ਨੇੜਤਾ ਕੀ ਜ਼ਿਆਦਾ? ਹੁਣ ਤਾਂ ਸਾਰੇ ਕਲਾਕਾਰਾਂ ਨੇ ਨੇੜਤਾ, ਸਾਰੇ ਕਲਾਕਾਰ ਵਧੀਆ ਆਉਂਦੇ, ਘਰੇ ਜਾਂਦੇ ਆਉਂਦੇ ਜਾਂਦੇ ਆ ਵਧੀਆ। ਅਤੇ ਮੈਂ ਇੱਕ ਗੱਲ ਹੋਰ ਸੁਣਦਾ ਗਾ, ਕਲਾਕਾਰਾਂ ਨੂੰ ਅਵਾਰਡ ਮਿਲਦੇ ਆ ਵੱਡੇ ਵੱਡੇ, ਜਿਵੇਂ ਤੁਹਾਡੇ ਗੀਤ ਮੀਲ ਪੱਥਰ ਦੀ ਤਰ੍ਹਾਂ ਹਿੱਟ ਹੋਏ ਹੈਗੇ, ਤੁਹਾਨੂੰ ਕੋਈ ਅਵਾਰਡ ਮਿਲਿਆ ਹੋਵੇ, ਕੋਈ ਸਨਮਾਨ ਮਿਲਿਆ ਹੋਵੇ? ਹਾਂ, ਸਨਮਾਨ ਬਹੁਤ ਮਿਲਿਆ ਮੈਨੂੰ, ਘੱਟੋ ਘੱਟ 10 ਸਨਮਾਨ ਮਿਲ ਚੁੱਕਿਆ ਮੈਨੂੰ। ਪੋਲੀ ਸਨਮਾਨ ਹੋਇਆ ਸੀ ਹੁਣ ਮੇਰਾ, ਪੋਲੀ ਪਿੰਡ ਵਿੱਚ ਜੀ, ਬੁਰਜ ਮਾਨ ਸਾਹੀਆ ਹੋਇਆ ਸੀ, ਹੋਰ ਵੀ ਪਿੰਡ 'ਚ ਵੀ ਬਹੁਤ ਵਾਰੀ ਕੀਤਾ ਮੈਨੂੰ ਸਨਮਾਨ ਤਾਂ। ਜਾਨੀ ਕਿ ਇਹ ਤਾਂ ਪਿੰਡਾਂ ਸਨਮਾਨ ਹੋਇਆ, ਕੋਈ ਸੰਗੀਤ ਸਭਾ ਵੱਲੋਂ, ਕੋਈ ਜਿਵੇਂ ਕੋਈ ਸੰਸਥਾ ਵੱਲੋਂ ਸਨਮਾਨ? ਸੰਸਥਾ ਵੱਲੋਂ ਨਹੀਂ ਹਜੇ ਤੱਕ ਹੋਇਆ ਕੋਈ। ਅਤੇ ਵੈਸੇ ਮੇਲਿਆਂ ਮੁੱਲਾਂ 'ਤੇ ਜਾਂਦੇ ਹੋ ਤੁਸੀਂ ਕਿ ਨਹੀਂ? ਹਾਂਜੀ, ਜਦੋਂ ਸਾਧਦੇ ਜਾਂਦੇ ਹਾਂ, ਹੁਣ ਬਿਕਰ ਮਹਾਰਾਜ 'ਤੇ ਮੇਰਾ ਸਨਮਾਨਿਤ ਕੀਤਾ ਪੋਲੀ, ਅਤੇ ਆਪਣੇ ਮਾਣੇ ਦਾ ਕਿਰਪਾਲ ਮਾਣਾ, ਕਰਮਾਰ ਮਾਣੇ ਦਾ ਜੀ, ਸਾਡਾ 3 ਬੰਦਿਆਂ ਦਾ ਸਨਮਾਨ ਸੀਗਾ ਉੱਥੇ। ਅਤੇ ਅੱਜ ਦੇ ਗੀਤਾਂ ਦੇ, ਪੁਰਾਣੇ ਸਮੇਂ ਦੇ ਗੀਤਾਂ 'ਚ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਬਹੁਤ ਜ਼ਿਆਦਾ ਫਰਕ ਆ, ਜਿਹੜੇ ਮੈਂ ਗੀਤ ਲਿਖਦਾ ਸੱਭਿਆਚਾਰਕ ਲਿਖਦਾ, ਜਿਹੜੇ ਕਿ ਘਰ ਬੈਠ ਕੇ ਮੌਜ ਨਾਲ ਸੁਣੇ ਜਾ ਸਕਣ ਪਰਿਵਾਰ 'ਚ ਬਹਿ ਕੇ। ਤੁਹਾਡੇ ਕਿਸੇ ਗੀਤ 'ਤੇ ਕਿੰਤੂ ਪ੍ਰੰਤੂ ਹੋਈ ਹੋਵੇ? ਕੋਈ ਕਿੰਤੂ ਪ੍ਰੰਤੂ ਨਹੀਂ ਅਜੇ ਤੱਕ ਮੇਰੇ। ਵੈਸੇ ਨਗੀਨਾ ਸਾਹਿਬ ਦੇ ਕਾਫੀ ਕਿੰਤੂ ਪ੍ਰੰਤੂ ਹੁੰਦੇ ਰਹੇ ਹੈ, ਨਗੀਨਾ ਸਾਹਿਬ ਨੇ ਕਾਫੀ ਗੀਤ ਗਾਏ ਆ ਤੁਹਾਡੇ? ਜਿਹੜਾ ਮੇਰਾ ਸਾਨੂੰ ਨਗੀਨੇ ਨੇ ਗੀਤ ਗਾਇਆ, ਉਹ ਲੋਕਾਂ 'ਚ ਬਹੁਤ ਸਲਾਹਿਆ ਲੋਕਾਂ ਨੇ, ਉਹ ਵੀ ਘਰ ਬੈਠ ਕੇ ਸੁਣਨ ਵਾਲਾ ਗੀਤ ਆ। ਅਤੇ ਜ਼ਿਆਦਾ ਡਿਊਟ ਲਿਖਦੇ ਹੋ ਕਿ ਸੋਲੋ ਵੀ ਲਿਖਦੇ ਹੋ? ਸੋਲੋ ਵੀ ਲਿਖਦਾ, ਪਰ ਲਿਖਦਾ ਬਹੁਤ ਘੱਟ ਆ ਮੈਂ, ਸੋਲੋ ਲਿਖਦਾ ਤਾਂ ਮੈਂ ਜ਼ਿਆਦਾ ਡਿਊਟ ਲਿਖਦਾ। ਅਤੇ ਸੋਲੋ ਕੋਈ ਰਿਕਾਰਡ ਹੋਇਆ ਹੋਵੇ? ਸੋਲੋ ਨਹੀਂ ਅਜੇ ਤੱਕ ਰਿਕਾਰਡ ਕਰਾਇਆ ਮੈਂ ਕੋਈ। ਯਾਨੀ ਕਿ ਡਿਊਟੀ ਰਿਕਾਰਡ ਕਰਾਏ ਆ? ਹਾਂਜੀ। ਕਦੇ ਆਪ ਗਾਉਣ ਬਾਰੇ ਸੋਚਿਆ ਹੋਵੇ? ਨਹੀਂ, ਆਪ ਗਾਉਣ ਬਾਰੇ ਨਹੀਂ ਕਦੇ ਸੋਚਿਆ। ਉਦੋਂ ਜਵਾਨੀ ਸਮੇਂ ਮਨ ਦੇ ਵਿੱਚ ਫੁਰਨਾ? ਨਹੀਂ ਨਹੀਂ, ਜਮਾ ਹੀ ਨਹੀਂ। ਕਿਸੇ ਨੇ ਕਿਹਾ ਹੋਵੇ? ਨਾ ਹੀ ਕਿਸੇ ਨੇ ਰਾਏ ਦਿੱਤੀ ਮੈਨੂੰ ਵੀ ਗਾਉਣ ਲੱਗ ਜਾ। ਅਤੇ ਅੱਜ ਕੱਲ੍ਹ ਕੀ ਕੰਮ ਕਰ ਆ ਤੁਹਾਡਾ ਜੀ? ਅੱਜ ਕੱਲ੍ਹ ਬਸ ਤੁਰਾ ਫੇਰਾ ਹੀ ਆ ਬਸ, ਹੋਰ ਕੀ, ਕਬੀਲਦਾਰੀ 'ਚ ਜਦੋਂ ਚਿੱਤ ਕਰਦਾ ਗੀਤ ਲਿਖ ਦੇਈਦਾ, ਹੁਣ ਵੀ ਬਹੁਤ ਲਿਖਿਆ ਗੀਤ ਜਿਹੜੇ ਕਿ ਆਉਣ ਵਾਲੇ ਦਿਨਾਂ 'ਚ ਹੁਣ ਰਿਕਾਰਡ ਕਰਾਵਾਂਗੇ। ਅਤੇ ਇਹ ਗੱਲ ਮੈਂ ਸੁਣੀ ਸੀ ਕਿਤੋਂ, ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ ਆ, ਤੁਹਾਡੇ ਪਿੰਡ ਕੋਈ ਬਰਾਤ ਆਈ ਸੀ ਅਤੇ ਬਰਾਤ ਨੇ ਜਿੱਥੇ ਪਹੁੰਚਣਾ ਸੀ, 5 ਕੁ ਬੰਦੇ ਬਰਾਤ ਦੇ ਮੌਕੇ 'ਤੇ ਜਿੱਥੇ ਵਿਆਹ ਸੀਗਾ ਉੱਥੇ ਪਹੁੰਚ ਗਏ, ਬਾਕੀ ਸਾਰੀ ਬਰਾਤ ਤੁਹਾਨੂੰ ਮਿਲਣ ਆ ਗਈ ਸੀ, ਇਹ ਗੱਲ ਸੱਚ ਆ ਕਿ ਝੂਠ ਆ? ਹਾਂਜੀ ਹਾਂਜੀ, ਇਹ ਸੱਚ ਆ ਸਾਰੀ ਗੱਲ। ਬਾਕੀ ਹੋਰ ਮੁੰਡੇ ਵੀ ਮੇਰੇ ਕੋਲ ਆਉਂਦੇ ਆ, ਮੈਂ ਤਾਂ ਇੱਕ ਤਾਂ ਕੋਈ ਗੀਤ ਦਿਖਾਉਣ ਆਇਆ ਜਾਂ ਕੋਈ ਮੈਂ ਰਾਏ ਲੈਣ ਆਇਆ ਹੋਣਾ, ਪਰ ਮੈਨੂੰ ਕਹਿੰਦੇ ਵੀ ਮੈਂ ਤਾਂ ਤੇਰੇ ਨਾਲ ਫੋਟੋ ਖਿਚਾਉਣ ਆਇਆ, ਬਹੁਤ ਦੂਰ ਦੂਰ ਆਉਂਦੇ ਲੋਕ ਮੇਰੇ ਕੋਲ। ਜਦੋਂ ਰਿਟਾਇਰਮੈਂਟ ਹੋਈ ਸੀ ਅਤੇ ਉਦੋਂ ਕਿਹੜੇ ਕਿਹੜੇ ਕਲਾਕਾਰ ਪਹੁੰਚੇ ਤੁਹਾਡੇ ਰਿਟਾਇਰਮੈਂਟ 'ਤੇ? ਰਿਟਾਇਰਮੈਂਟ 'ਤੇ ਆਪਣੇ ਜਿਹੜੀ ਮੇਰੀ ਡਾਕਟਰ ਸੀ ਇਹਦੀ, ਬਲਕਾਰ ਸਿੱਧੂ ਦੀ, ਉਹ ਤਾਂ ਪਹੁੰਚ ਗਏ ਸੀ। ਬਲਕਾਰ ਸਿੱਧੂ ਜੀ ਕਹਿੰਦੇ ਆਉਂਦੇ ਆ, ਮੁੜ ਕੇ ਕੋਈ ਇਹਨਾਂ ਨੂੰ ਕੰਮ ਹੋ ਗਿਆ ਜ਼ਰੂਰੀ, ਇਹਨਾਂ ਤੋਂ ਪਹੁੰਚਿਆ ਨਹੀਂ ਗਿਆ, ਇਹੀ ਸੱਦੇ ਸੀਗੇ ਮੈਂ। ਅਤੇ ਕਦੋਂ ਰਿਟਾਇਰ ਹੋਏ ਹੋ ਡਿਊਟੀ ਤੋਂ? ਮੈਂ 8ਵੇਂ ਮਹੀਨੇ 'ਚ, 76 ਦੇ ਆਪਣੇ 16 ਦੇ 8ਵੇਂ ਮਹੀਨੇ 'ਚ। ਅਤੇ ਡਿਊਟੀ ਕਿਸ ਤਰ੍ਹਾਂ ਦੀ ਰਹੀ? ਬਹੁਤ ਵਧੀਆ ਡਿਊਟੀ ਨਿਭਾਈ, ਪੂਰੀ ਜ਼ਿੰਮੇਵਾਰੀ ਨਿਭਾਈ। ਅਤੇ ਕਿੱਥੇ ਕਿੱਥੇ ਸੇਵਾਵਾਂ ਨੇ ਆਈਆਂ ਡਿਊਟੀ ਦੀਆਂ? ਬਸ ਰਾਮਪੁਰਾ ਫੋਲ, 3 ਥਾਣੇ, 2 ਸਟੇਸ਼ਨ ਸੀ ਮੇਰੇ ਕੋਲ, 2 ਵਾਰੀ ਮੈਂ ਰਾਮਪੁਰੇ ਰਿਹਾ, 2 ਵਾਰੀ ਨਥਾਣੇ। ਅਤੇ ਭਰਤੀ ਕਿਸ ਸੰਦੇ ਵਿੱਚ ਹੋਏ ਸੀ? 76 'ਚ। 76 'ਚ ਭਰਤੀ ਹੋਏ ਅਤੇ 2016 'ਚ ਰਿਟਾਇਰਮੈਂਟ। ਹਾਂਜੀ ਜੀ। ਅਤੇ ਵੈਸੇ ਅੱਜ ਕੱਲ੍ਹ ਕੋਈ ਗੀਤ ਸੁਣਦੇ ਹੋਵੋਗੇ ਸੋਸ਼ਲ ਮੀਡੀਆ 'ਤੇ, ਜਿਵੇਂ ਸੋਸ਼ਲ ਮੀਡੀਆ ਸਮਾਂ ਜੁੜੇ ਹੋਵੇ ਕਿ ਨਹੀਂ ਸੋਸ਼ਲ ਮੀਡੀਆ ਨਾਲ? ਨਹੀਂ, ਇੰਟਰਨੈਟ 'ਤੇ ਨਹੀਂ। ਬਸ ਨਹੀਂ ਨਹੀਂ, ਮੈਂ ਹੁਣੇ ਦੇਖਣ ਲੱਗਿਆ।
ਜਿਵੇਂ ਕਿ ਪਹਿਲਾਂ ਤਾਂ ਇਹ ਚੀਜ਼ਾਂ ਹੈ ਨਹੀਂ ਸੀਗੀਆਂ, ਹੁਣ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ, ਅਤੇ ਤੁਹਾਨੂੰ ਇਹ ਪਤਾ ਗਾ ਤੁਹਾਡਾ ਜੋ ਗੀਤ ਆ ਮੁੰਡਾ ਲੈਣ ਮੈਣ ਲੱਗਿਆ, ਇਹਦੀਆਂ ਗੀਤ ਪੁਰਾਣਾ ਹੋਣ ਦੇ ਬਾਵਜੂਦ ਵੀ 15,000 ਪਲੱਸ ਰੀਲਾਂ ਪੈ ਚੁੱਕੀਆਂ ਨੇ। ਹਾਂਜੀ ਹਾਂਜੀ, ਤੁਹਾਨੂੰ ਪਤਾ ਇਸ ਗੱਲ ਬਾਰੇ ਕਿਸੇ ਨੇ ਦੱਸਿਆ ਕਿ ਨਹੀਂ? ਨਹੀਂ ਮੈਂ ਦੇਖੇ ਨਹੀਂ, ਨਾ ਤਾਂ ਹੀ ਮੈਂ ਪੁੱਛਿਆ ਕਿਸੇ ਤੋਂ ਕਿੰਨੇ ਆ। ਵੈਸੇ ਨਵੇਂ ਮੁੰਡੇ ਵੀ ਤੁਹਾਨੂੰ ਇਸ ਗੀਤ ਕਰਕੇ ਜਾਣਦੇ ਆ, ਲੱਗਦਾ ਮੁੰਡਾ ਲੈਣ ਮੈਣ ਲੱਗਿਆ, ਕੋਈ ਜਿਵੇਂ ਕਿ ਨੌਕਰੀ ਦੀ ਕੋਈ ਫਨੀ ਵੀਡੀਓ ਵੀ ਬਣਾ ਕੇ ਪਾਉਂਦਾ, ਕੋਈ ਕਿਸੇ ਨਾ ਕਿਤੇ ਲੈਣ ਮੈਣ ਕੰਮ ਕਰਦਾ, ਬਹੁਤ ਬਹੁਤ ਕੁਛ ਕਰ ਰਹੇ ਆ ਜੀ, ਤਰ੍ਹਾਂ ਤਰ੍ਹਾਂ ਦੇ, ਕੋਈ ਖੰਭੇ 'ਤੇ ਚੜਿਆ ਦਿਖਾਉਂਦਾ, ਕੋਈ ਕਿਤੇ ਕੋਈ ਰੇੜੇ ਖਿੱਚੀ ਜਾਂਦਾ, ਜੋ ਕੋਈ ਹੋਰ ਜੀ, ਜਾਣੀ ਕਿ ਚੀਜ਼ਾਂ ਦੇਖਦੇ ਹੋ ਵੈਸੇ, ਕਦੇ ਨੋਟ ਨਹੀਂ ਕਰੇਗੀ? ਨੋਟ ਨਹੀਂ ਕਰਿਆ ਜੀ। ਅਤੇ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਫਨੀ ਵੀਡੀਓ ਦੇ ਵਿੱਚ ਤੁਹਾਡਾ ਗੀਤ ਲੱਗਿਆ ਹੁੰਦਾ, ਜਾਂ ਫਿਰ ਪੋਜ਼ਿਟਿਵ ਵੀਡੀਓ ਦੇ ਵਿੱਚ ਤੁਹਾਡਾ ਗੀਤ ਲੱਗਿਆ ਹੁੰਦਾ? ਖੁਸ਼ੀ ਤਾਂ ਹੁੰਦੀ ਹੈ ਹਰੇਕ 'ਚ, ਜਦੋਂ ਕੋਈ ਮਿਹਨਤ ਕਰਦਾ ਬੰਦਾ, ਖੁਸ਼ੀ ਤਾਂ ਹੁੰਦੀ ਹੁੰਦੀ ਹੈ। ਅਤੇ ਗੱਲ ਹੋਰ ਕਰਨੀ ਚਾਹੁੰਦਾ, ਜਿਵੇਂ ਤੁਸੀਂ ਗੀਤ ਲਿਖਦੇ ਸੀਗੇ, ਅਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਹੋਰ ਸ਼ੌਕ ਪਿਆ ਹੋਵੇ ਗਾਉਣ ਦਾ ਜਾਂ ਗੀਤ ਲਿਖਣ ਦਾ? ਹਾਂ, ਮੇਰੇ ਛੋਟੇ ਮੁੰਡੇ ਨੂੰ ਸ਼ੌਕ ਹੈ, ਜਿਹਦਾ ਸਟੂਡੀਓ ਲੱਗਿਆ ਵਾ ਹੁਣ, ਉਹ ਮਾਸਟਰ ਵੀ ਹੈ, ਮਿਊਜ਼ਿਕ ਮਾਸਟਰ ਵੀ ਹੈ, ਰਿਕਾਰਡਿੰਗਾਂ ਵੀ ਕਰਦਾ ਹੈ, ਸਾਰਾ ਕੁਛ ਕਰਦਾ ਉਹ। ਪਹਿਲਾਂ ਵੀ ਬਹੁਤ ਨਾਮ ਜਿੱਤਿਆ ਉਹਨੇ ਗਾਇਕੀ 'ਚ, ਫਸਟ ਪ੍ਰਾਈਜ਼ ਲਿਆ ਉਹਨੇ। ਯਾਨੀ ਕਿ ਮਿਊਜ਼ਿਕ ਦਾ ਸਟੂਡੀਓ ਘਰੇ ਲਾਇਆ ਹੋਇਆ? ਹਾਂਜੀ ਹਾਂਜੀ। ਉਹੀ ਬੇਟਾ ਜਿਹੜਾ ਬਲਕਾਰ ਜੀ ਨਾਲ ਕੰਮ ਕਰਦਾ? ਹਾਂਜੀ ਹਾਂਜੀ। ਹਾਰਮੋਨੀਅਮ ਕੀਬੋਰਡ ਵਜਾਉਂਦਾ? ਕੀਬੋਰਡ ਵਜਾਉਂਦਾ। ਯਾਨੀ ਕਿ ਘਰੇ ਮਿਊਜ਼ਿਕ ਦਾ ਯਾਨੀ ਕਿ ਕੰਮ ਆ? ਹਾਂ, ਪੂਰਾ ਵਧੀਆ ਪ੍ਰਬੰਧ ਆ ਮਿਊਜ਼ਿਕ ਦਾ। ਅਤੇ ਕੋਈ ਨਵਾਂ ਕਲਾਕਾਰ ਦੇ ਰਹੇ ਹੋ? ਹਾਂਜੀ ਹਾਂਜੀ, ਥੋੜ੍ਹੇ ਦਿਨਾਂ 'ਚ ਦੇਵਾਂਗੇ ਬਸ, ਕਲਾਕਾਰ ਕਈ ਰਿਕਾਰਡ ਕੀਤੇ ਪਏ ਆ, ਜਿਹੜੇ ਪਾ ਦਿਆਂਗੇ ਬਸ ਥੋੜ੍ਹੇ ਚਿਰ 'ਚ ਜੀ। ਯਾਨੀ ਕਿ ਘਰੇ ਹੀ ਮਿਊਜ਼ਿਕ ਦੀਆਂ ਗੱਲਾਂ? ਵੈਸੇ ਅਕਸਰ ਗੱਲਾਂ ਮੈਨੂੰ ਲੱਗਦਾ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਬੇਟਾ ਵੀ ਤੁਹਾਡਾ ਮਿਊਜ਼ਿਕ ਨਾਲ ਜੁੜਿਆ ਹੋਇਆ, ਤੁਸੀਂ ਵੀ ਮਿਊਜ਼ਿਕ ਨਾਲ ਜੁੜੇ ਹੋਏ, ਅਕਸਰ ਪਹਿਲਾਂ ਲੈਣ ਮੈਣ ਤੌਰ 'ਤੇ ਬਿਜਲੀ ਦੀਆਂ ਗੱਲਾਂ ਹੁੰਦੀਆਂ ਸੀ, ਅੱਜ ਕੱਲ੍ਹ ਯਾਨੀ ਕਿ ਇਹੀ ਗੱਲਾਂ ਹੁੰਦੀਆਂ ਨੇ? ਹਾਂਜੀ ਹਾਂਜੀ। ਅਤੇ ਪਿੰਡ ਦੇ ਵਿੱਚ ਜਦੋਂ ਸੱਥਾਂ 'ਚ ਬਹਿੰਦੇ ਹੋ, ਉਦੋਂ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਮ ਲੋਕ? ਜਦੋਂ ਮੈਨੂੰ ਲੱਗਦਾ ਜਵਾਕ ਵੀ ਕਹਿ ਦਿੰਦੇ ਆ, ਅੱਜ ਆਉਂਦਾ ਮੁੰਡਾ ਲੈਣ ਮੈਣ ਲੱਗਿਆ। ਅਤੇ ਹੁਣ ਮਾਸੀ ਦਾ ਮੁੰਡਾ ਆ ਗਿਆ, ਉਹੀ ਗੀਤ? ਹਾਂ, ਉਹ ਬਦਲ ਕੇ ਹੁਣ ਟਾਈਟਲ ਬਦਲਤਾ ਉਹਨਾਂ ਨੇ, ਜਿਹੜਾ ਕਿ ਫੋਰਨ ਤੋਂ ਇਹਦੇ ਨਾਲ ਰਿਲੀਜ਼ ਕੀਤਾ, ਉਹ ਤੁਸੀਂ ਬਿਆਨ ਕਰੋਗੇ ਆਪ ਜੀ। ਨਹੀਂ, ਬਹੁਤ ਸੋਹਣਾ ਗੀਤ, ਮੈਂ ਵੀ ਸੁਣ ਕੇ ਹਟਿਆਂਗਾ। ਚਲੋ ਗੀਤ ਸੁਪਰ ਡੁਪਰ ਹਿੱਟ ਹੋਵੇ, ਬਾਕੀ ਪੁਰਾਣਾ ਮੁੰਡਾ ਲੈਣ ਮੈਣ ਅਤੇ ਮੁੰਡਾ ਮਾਸੀ ਦਾ, ਇਹ ਦੋ ਗੀਤ, ਯਾਨੀ ਗੀਤ ਤਾਂ ਇੱਕ ਹੀ ਆ, ਅਤੇ ਇਹ ਉਹ ਯਾਨੀ ਟਾਈਟਲ ਬਦਲ ਕੇ ਇਹ ਉਸ ਗੀਤ ਦਾ ਮੁਕਾਬਲਾ ਕਰ ਸਕੇਗਾ ਕਿ ਨਹੀਂ? ਮੇਰੇ ਹਿਸਾਬ ਨਾਲ ਤਾਂ ਨਹੀਂ ਕਰ ਸਕਦਾ, ਫਿਰ ਦੇਖੋ ਕਿਸਮਤ ਆ ਉਹਦੀ ਬੰਦੇ ਦੀ। ਅਤੇ ਕੋਈ ਨਵਾਂ ਗੀਤ ਅੱਜ ਦੇ ਮੁੰਡਿਆਂ ਦੇ ਲਈ ਲਿਖਿਆ ਹੋਵੇ, ਜਿਵੇਂ ਅੱਜ ਦੀ ਜਨਰੇਸ਼ਨ ਆ ਗਈ? ਹਾਂ, ਹੁਣ ਮੈਂ ਕਿਰਾਏ 'ਤੇ ਲਿਖਿਆ ਗੀਤ, ਮੁਫ਼ਤ ਕਿਰਾਇਆ ਬੱਸਾਂ 'ਚ ਚੱਲਦਾ ਜਿਹੜਾ, ਥੋੜ੍ਹੇ ਦਿਨਾਂ 'ਚ ਕਰਾਵਾਂਗੇ ਤੋਂ ਜੀ। ਮਾੜਾ ਰੂਬਰੂ ਕਰ ਸਕਦੇ ਹੋ ਕਿ ਨਹੀਂ? ਰੋਜ਼ ਮੇਰੇ ਨਾਲ ਲੜਕੇ ਨਹੀਂ, ਤੁਰ ਜਾਂਦੀਆਂ ਚੁੱਪ ਕਰਕੇ ਨਹੀਂ, ਲਾਰੀ ਰੋਜ਼ ਰੋਡਵੇਜ਼ ਦੀ ਚੜ੍ਹ ਕੇ ਨਹੀਂ, ਜੱਟ ਨੂੰ ਬਹੁਤ ਸਤਾਇਆ ਨਹੀਂ, ਕਈ ਬੇੜਾ ਗਰਕ ਕਈਆਂ ਦਾ ਕਰਤਾ ਕਰਕੇ ਮੁਫ਼ਤ ਕਰਾਇਆ ਨਹੀਂ। ਬੇੜਾ ਗਰਕ ਕਈਆਂ ਦਾ ਕਰਤਾ ਕਰਕੇ ਮੁਫ਼ਤ ਕਰਾਇਆ ਨਹੀਂ ਜੀ। ਯਾਨੀ ਕਿ ਮਹਿਕਮੇ ਆਏ ਤੇ ਗੀਤ ਲਿਖਦੇ ਹੋ ਜ਼ਿਆਦਾ? ਹਾਂ, ਇਹ ਗੀਤ ਤਾਂ ਫਿਰ ਚੱਲੂਗਾ, ਬਹੁਤ ਵਧੀਆ ਚੱਲੂ ਜੀ। ਅਤੇ ਬਾਕੀ ਅੱਜ ਕੱਲ੍ਹ ਤੁਸੀਂ ਦੱਸਿਆ ਕਿ ਘਰੇ ਹੁੰਦੇ ਹੈਗੇ, ਕੰਮ ਕਾਰ ਕਰਦੇ ਹੋ, ਬੇਟਾ ਕੰਮ ਕਾਰ ਕਰਦਾ ਗਾ ਜੀ, ਅਤੇ ਅੱਜ ਕੱਲ੍ਹ ਦਾ ਕੋਈ ਕਲਾਕਾਰ ਤੁਹਾਨੂੰ ਚੰਗਾ ਲੱਗਦਾ ਹੋਵੇ? ਹਾਂ, ਦੋ ਤਿੰਨ ਕਲਾਕਾਰ ਹੁਣ ਆਉਂਦੇ ਆ ਮੇਰੇ ਕੋਲ, ਵਧੀਆ ਗੀਤ ਲੈ ਕੇ ਗਏ ਆ, ਕਰਾਉਣਗੇ। ਨਹੀਂ, ਉਹ ਤਾਂ ਤੁਸੀਂ ਤੁਹਾਡੇ ਕੋਲ ਲੈ ਕੇ ਗਏ, ਉਹ ਵਧੀਆ ਲੱਗਦੇ ਨੇ। ਵੈਸੇ ਸੋਸ਼ਲ ਮੀਡੀਆ 'ਤੇ ਜਾਂ ਫਿਰ ਆਮ ਸੁਣਦੇ ਹੋ ਸਟੇਜੀ ਕਲਾਕਾਰ, ਜਾਂ ਜਿਸ ਦੇ ਗੀਤ ਆਮ ਹੀ ਟੀ ਵੀ 'ਤੇ ਸੁਣਦੇ ਹੋ, ਕਿਹੜਾ ਕਲਾਕਾਰ ਚੰਗਾ ਲੱਗਦਾ ਅੱਜ ਦੇ ਸਮੇਂ ਦਾ? ਜਿਵੇਂ ਬਿੱਟੂ ਖੰਨੇਵਾਲਾ ਜਾਂ ਕੋਈ ਹੋਰ ਵੀ ਬਦਲ ਹੈਗੇ ਵਧੀਆ, ਜਿਹੜੇ ਗੀਤ ਵਧੀਆ ਲਿਖਦੇ ਆ, ਵਧੀਆ ਗਾਉਂਦੇ ਆ, ਸਾਫ਼ ਸੁਥਰੇ ਗੀਤ ਲਿਖਦੇ, ਜਿਹੜੇ ਉਹਨਾਂ ਨੂੰ ਸੁਣਦਾ ਮੈਂ। ਅਤੇ ਤੁਹਾਡਾ ਮਨਪਸੰਦ ਗੀਤਕਾਰ ਕਿਹੜਾ ਜੀ? ਸਭ ਤੋਂ ਮਨਪਸੰਦ ਤਾਂ ਬਾਬੂ ਸਿੰਘ ਮਾਨ ਹੀ ਆ ਮੇਰਾ। ਉਹਨਾਂ ਦੀ ਤਰ੍ਹਾਂ ਕੋਈ ਗੀਤ ਲਿਖਿਆ ਕਿ ਨਹੀਂ? ਹਾਂਜੀ ਹਾਂਜੀ, ਬਹੁਤ ਗੀਤ ਲਿਖੇ ਉਹਨਾਂ ਦੀ ਤਰ੍ਹਾਂ। ਅਤੇ ਮਨਪਸੰਦ ਕਲਾਕਾਰ ਕਿਹੜਾ ਜੀ? ਮਨਪਸੰਦ ਕਲਾਕਾਰ ਤਾਂ ਹੁਣ ਦੋ ਤਿੰਨ ਮਨਪਸੰਦ, ਗੁਰਦਾਸ ਮਾਨ ਹੋ ਗਿਆ, ਜਾਂ ਕੋਈ ਕੁਲਦੀਪ ਮਾਣਕ ਸੀਗਾ, ਉਹਦੇ ਨਾਲ ਵਧੀਆ ਲਿਹਾਜ਼ ਸੀ ਮੇਰੀ, ਉਹਨੇ ਮੇਰਾ ਗੀਤ ਨਹੀਂ ਗਾਇਆ ਹਜੇ ਤੱਕ, ਪਰ ਆਉਣ ਜਾਣ ਮੇਰਾ ਵਧੀਆ ਸੀ ਉਹਦੇ ਨਾਲ ਜੀ। ਅਤੇ ਰਮਲਾ ਸਾਹਿਬ ਨਾਲ ਵੀ ਕਾਫੀ ਨੇੜਤਾ ਸੀ, ਕਰਤਾਰ ਰਮਲਾ ਜੀ? ਕਰਤਾਰ ਨਾਲ ਵੀ ਵਧੀਆ ਨੇੜਤਾ ਸੀਗੀ, ਆਉਂਦੇ ਜਾਂਦੇ ਸੀ ਘਰੇ ਮੇਰੇ ਕੋਲ, ਜਦੋਂ ਹੁਣ ਮੇਰੇ ਗੀਤ ਲੈ ਕੇ ਗਏ ਉਦੋਂ ਕੁਦਰਤੀ ਪਰਮਾਤਮਾ ਨੇ ਉਹਦੀ ਡੈਥ ਹੋ ਗਈ, ਯਾਨੀ ਕਿ ਉਹ ਰਿਲੀਜ਼ ਨਹੀਂ ਹੋ ਸਕੇ, ਕਿਸੇ ਨੂੰ ਹੋਰ ਦਿੱਤੇ ਹੋਣੇ ਉਹ ਗੀਤ ਜਿਹੜੇ? ਹੁਣ ਮੈਂ ਭਾਗਮ ਬਖਤ ਦੇ ਵਾਲੇ ਨੇ ਦਿੱਤੇ ਆ ਤਿੰਨੇ ਚਾਰੇ ਗੀਤ ਉਹ ਜੀ। ਚਲੋ, ਚੰਗੀ ਗੱਲ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਬਾਕੀ ਉਮਰ ਕਿੰਨੀ ਹੋ ਚੁੱਕੀ ਹੈ, ਮੈਂ ਸਵਾਲ ਕਰ ਸਕਦੇ ਕਿ? ਹਾਂਜੀ ਹਾਂਜੀ, ਉਮਰ ਮੇਰੀ ਹੋ ਗਈ ਹੁਣ 65 ਸਾਲ ਦੀ ਉਮਰ ਹੋ ਗਈ ਮੇਰੀ, ਯਾਨੀ ਕਿ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਲਈ, ਯਾਨੀ ਕਿ ਅੱਜ ਕੱਲ੍ਹ 65 ਸਾਲ ਦੀ ਉਮਰ ਹੋ ਚੁੱਕੀ ਆ। ਅਤੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਜੀ? ਪਰਿਵਾਰ ਦੇ 3 ਬੇਟੇ ਆ ਮੇਰੇ, 3 ਨੂੰਹਾਂ ਅਤੇ ਉਹਨਾਂ ਦੇ ਬੱਚੇ। ਅਤੇ ਤੁਸੀਂ ਸਰਕਾਰੀ ਨੌਕਰੀ 'ਤੇ ਸੀ, ਅਗਲਾ ਕਹਿੰਦਾ ਸਰਕਾਰੀ ਨੌਕਰੀ 'ਤੇ ਪਿਤਾ ਲੱਗਿਆ ਸਾਡਾ, ਸਾਨੂੰ ਵੀ ਲਵਾ ਦੂਗਾ, ਕੋਈ ਸਰਕਾਰੀ ਨੌਕਰੀ 'ਤੇ ਬੇਟਾ ਲੱਗਿਆ ਕਿ ਨਹੀਂ?
ਕੁਲਦੀਪ ਨੂੰ ਕਿਹਾ ਸੀ ਪੜ੍ਹ ਲਾ ਉਹ ਬੀਏ ਕਰਦਾ ਕਰਦਾ ਛੱਡ ਕੇ ਬਲਕਾਰ ਸਿੱਧੂ ਨੂੰ ਕਹਿੰਦਾ ਮੈਂ ਗਾਉਣ ਲੱਗਣਾ ਹੈ ਕਈ ਸਾਲ ਗਾਉਂਦਾ ਰਿਹਾ ਸਟੇਜਾਂ ਲਾਉਂਦਾ ਰਿਹਾ ਉਸ ਤੋਂ ਬਾਅਦ ਫਿਰ ਛੱਡ ਗਿਆ ਹੁਣ ਉਹ ਆਪਣਾ ਕੰਮ ਸੰਭਾਲੀ ਬੈਠਾ चलो वह भी चंगा मालवा नंबर वन न्यूज़ चैनल चलता बहुत बढ़िया काम उन्होंने भी जी तो जाते जाते संदेश की देना चाहते हो जो दर्शक थोड़ा प्रोग्राम डीपीडी टैलीविजन से देख रहे हैं मैं तो बस लोगों को यही संदेश देना चाहता है भी चंगा लिखो चंगा खाओ चंगा हंडाओ तुम्हारा संदेश बहुत बढ़िया बहुत बहुत शुक्रिया बहुत बहुत धन्यवाद साड़ी टीम के लिए टाइम कड़े बहुत बहुत धन्यवाद जी दर्शक भीरो अज गलबात करी प्रसिद्ध गीतकार शिंदर नथाणा जी के नाल जिन्हां दा सुपर डुपर हिट गीत मुंडा लैण मैण लग्या अज कल मुंडा मासी का बन गया उही गीत तो उस गीत नूं तुसीं मना मूँह ही प्यार दिता तो अज उस प्रसिद्ध गीत दे गीतकार शिंदर नथाणा जी नाल गलबात करी तुहानूं इह गलबात किस तरह की लगी कमेंट बॉक्स के कमेंट करके जरूर दसना अगली बार किसी होर शख्सियत नूं लैके हाजिर होंदे आ तद तक लई सानूं दिओ इजाजत प्यार भरी सत श्री अकाल।